तुसी सुन रहे हो रेडियो चाचा परदेसी। लो दोस्तों, साड़ी लाइन जुड़ चुकी है मोगा दे नाल, जिथों डॉक्टर अमरीक सिंह कंडा कंडे दा कंडा लैके हाजिर ने। स्वागत करते हैं डॉक्टर कंडा साहब। सत श्री अकाल, स्वागत है जी। सत श्री अकाल जी। सत श्री अकाल, की हाल कंडा साहब? अज कादे ते है जी कंडा? फिर अज कंडा हैगा जी, ट्रेन नाले साडे भरा रहे उत्थे रहिंदे ने बाहर जी। ओह जारे इन्नी सख्त मेहनत करदे ने ते ओह जिहड़े इधर उहनां दा लाम लश्कर हुंदा सारा, जिहड़ा ओह कोई उहनां दी जमीनां हुंदियां प्लाट हुंदे सारे हड़प लैंदे ने। बिलकुल वड्डी ट्रैजडी है इह जी। जो सुनियारा हथौड़े नाल काम करदा ता बहुत घट आवाज आउंदी, जो लोहार हथौड़ा चलाउंदा ता बहुत ज्यादा आवाज करदा। होया कि एक दिन तेज हवा आई जी, एक सोने का कण उड के लोहार की दुकान लोहे के कण कोल पहुंच गया। लोहे के कण नाल गल करन लगा जी, यार जदों मेरा मालक काम करदा है बहुत हौली हौली हथौड़ा चलाउंदा, जदों तेरा मालक काम करदा है बहुत तेज तेज हथौड़ा चलाउंदा। सोने के कण ने लोहे के कण नूं पुछिया जी, ओह कहिंदा तूं ठीक कह रिहा है, तेरे ते वार करन वाला लोहे का हथौड़ा तेरा सका भरा नहीं है, पर ओह मेरा मेरा सखा भरा है। लोहे दे कान ने रोंदे हुए बड़े दुख ना कहा, कुछ देर बाद बोलिया, परायां दी सट नालों आपणियां दी सट ना सहम करन वाली हुंदी कदे ना भुलन वाली हुंदी है जी। ए सी कंडे दा कंडा सट जी। बिलकुल, लोहे नूं लोहे दी सट ते सोने नूं लोहे दी सट जी। जी बिलकुल। सो ओही गल ना वी, सज्जणा ने फुल मारिया साडी रूह अंबरां तक रोई, शरीक भावें इट्टां मारी जाण उन्ना दुख नहीं हुंदा जदों सज्जण फुल मारन ते फिर पीड़ कलेजे नूं चीरदी है। वाकई होर कंडा साहब की अर्ज है? खबरां बहुत आउंदियां ने रोज़ ही काबू, मतलब छोटी छोटियां गल्लां हुण तां आउण वाले समें च खबरां इहो जिहियां होया करनगियां जिहड़ियां मैं तुहानूं शेयर करन लगा जी। इहदा नाम रख्या कंडे दा कंडा खबरां। पहलां इह खबरां ज्यादा हुंदियां सी शराब वाला काबू, कुक्की वाला काबू, सट्टा लाउंदा काबू। ਹੁਣ ਅੱਜ ਕੱਲ ਨਵੇਂ ਸਟਾਈਲ ਦੀਆਂ ਖਬਰਾਂ ਆ ਰਹੀਆਂ ਨੇ, ਜਿਵੇਂ ਰੇਤੇ ਦੀ ਟਰਾਲੀ ਬੰਦੇ ਸਮੇਤ ਕਾਬੂ, ਇੱਟਾਂ ਸਮੇਤ ਲੱਕ ਕਾਬੂ, ਮਿੱਟੀ ਦੀ ਟਰਾਲੀ ਦੇ ਪਰਚਾ, ਤੇ ਫਿਰ ਇਸ ਤਰ੍ਹਾਂ ਜਿਵੇਂ ਸਤਿਕਾਰਯੋਗ ਸਰਕਾਰ ਬੜੀ ਮਿਹਨਤ ਕਰ ਰਹੀ ਹੈ ਪੈਸਾ ਕਿਵੇਂ ਇਕੱਠਾ ਕੀਤਾ ਜਾਵੇ। ਫਿਰ ਥੋੜੀ ਦੇਰ ਬਾਅਦ ਖਬਰਾਂ ਹੋਇਆ ਕਰਨਗੀਆਂ ਫਲਾਂ ਦੀ ਟੋਕਰੀ ਸਮੇਤ ਮੰਗਣਾ ਕਰਨ ਜਾਂਦੀ ਕਾਰ ਕਾਬੂ, 2 ਕਿਲੋ ਗਵਾਰਾ ਫਲੀਆਂ ਲੈ ਕੇ ਜਾਂਦੀ ਬੁੜੀ ਕਾਬੂ, ਜੱਟ ਕੋਲੋਂ ਫੁੱਲ ਗੋਭੀ ਦੇ ਬੀਜ ਫੜੇ ਜੀ, 5 ਬੰਦੇ ਇੱਕ ਦੁਕਾਨ ਤੇ ਫਰੂਟ ਵੇਖਦੇ ਫੜੇ ਤੇ ਉਹਨਾਂ ਨੂੰ ਵਾਰਨਿੰਗ ਦੇ ਕੇ ਛੱਡ ਦਿੱਤਾ, ਅੱਗੇ ਤੋਂ ਫਰੂਟ ਨਹੀਂ ਵੇਖਣੇ। ਸੜਕਾਂ ਤੇ ਤੁਰੇ ਜਾਂਦੇ ਬੰਦੇ ਤੇ ਰੋਡ ਟੈਕਸ ਲਾਇਆ ਜੀ, 1.5 ਲੀਟਰ ਪੈਟਰੋਲ ਪਵਾ ਕੇ ਸਕੂਟਰ ਵਾਲਾ ਫਰਾਰ। DGP ਨੇ ਕਿਹਾ ਕਿਸੇ ਗਰੋਹ ਦਾ ਕੰਮ ਸ਼ਰੇਆਮ ਪੈਟਰੋਲ ਕਾਰਾਂ ਚਲਾਉਂਦੇ, ਅੱਜ 20 ਜਣਿਆਂ ਨੂੰ ਹਿਰਾਸਤ ਚ ਲੈ ਕੇ ਪੁਲਿਸ ਵਾਲਿਆਂ ਕੋਲ ਪੁੱਛ ਗਿੱਛ ਕੀਤੀ ਕਿ ਤੇਲ ਫੋਨ ਨੂੰ ਪੈਸੇ ਕਿੱਥੋਂ ਆਏ ਜੀ, ਅਤੇ 4 ਦਿਨ ਦਾ ਪੁਲਿਸ ਰਿਮਾਂਡ ਲਿਆ। ਗਰਾਊਂਡਾਂ ਚ ਇਹਨਾਂ ਦੇ ਬੰਦੇ ਨਾਕਾ ਲਾ ਕੇ ਬੈਠਾ ਕਰਨਗੇ ਤੇ ਕੰਡਾ ਗਰਾਊਂਡ ਚ ਵੱਧ ਸਾਹ ਲੈਂਦਾ ਕਾਬੂ। ਇਸ ਤਰ੍ਹਾਂ ਦੀਆਂ ਖਬਰਾਂ ਹੋਇਆ ਕਰਨਗੀਆਂ ਜੀ ਆਉਣ ਵਾਲੇ ਸਮੇਂ ਚ। ਹਾਂ ਬਿਲਕੁਲ, ਕਾਫੀ ਜਿਹੜੀਆਂ ਚੇਂਜਸ ਨੇ, ਜਿਸ ਤਰ੍ਹਾਂ ਤੁਸੀਂ ਵੱਧ ਸਾਹ ਲੈਣ ਦੀ ਗੱਲ ਕੀਤੀ ਹੈ, ਮੈਂ ਕੁਝ ਵਰੇ ਪਹਿਲਾਂ ਕਲਕੱਤੇ ਗਿਆ, ਵੇਖਿਆ ਤੇ ਉੱਥੇ ਇੰਨੀ ਸਫੋਕੇਸ਼ਨ ਸੀ, ਦਮ ਘੁੱਟਦਾ ਸੀਗਾ, ਟ੍ਰੈਫਿਕ ਇੰਨਾ ਸੀ, ਭੀੜ ਭੜੱਕਾ ਇੰਨਾ ਸੀ, ਤੇ ਵਾਕਿਆ ਹੀ ਮਤਲਬ ਬੜਾ ਭੀੜ ਭੜੱਕੇ ਵਾਲਾ ਸ਼ਹਿਰ ਹੈ ਕਲਕੱਤਾ, ਆਬਾਦੀ ਵਸੋਂ ਬਹੁਤ ਜ਼ਿਆਦਾ ਤੰਗ ਗਲੀਆਂ ਨੇ। ਅਤੇ ਭਾਰਤ ਦੇ ਵਿੱਚ ਆਕਸੀਜਨ ਪਾਰਲਰ ਵੀ ਖੁੱਲ੍ਹ ਗਏ, ਬਿਊਟੀ ਪਾਰਲਰ ਕਦੇ ਹੁੰਦੇ ਸੀ, ਫਿਰ ਪੱਗ ਪਾਰਲਰ ਬਣੇ, ਅਤੇ ਅੱਜ ਕੱਲ੍ਹ ਕੰਡਾ ਸਾਹਿਬ 2 ਕੁ ਵਰ੍ਹਿਆਂ ਦੀਆਂ ਖਬਰਾਂ ਨੇ ਕਿ ਕਲਕੱਤਾ ਦੇ ਵਿੱਚ ਆਕਸੀਜਨ ਪਾਰਲਰ ਖੁੱਲ੍ਹ ਗਏ ਨੇ, ਲੋਕ ਹਫ਼ਤੇ 'ਚ 1-2 ਦਿਨ ਜਾ ਕੇ ਉੱਥੇ ਆਕਸੀਜਨ ਪਾਰਲਰ ਦੇ ਵਿੱਚ ਬੈਠ ਕੇ ਆਕਸੀਜਨ ਲੈ ਕੇ ਆਉਂਦੇ ਨੇ। ਸੋ ਇਹ ਚੀਜ਼ਾਂ ਵੀ ਅਮੀਰਾਂ ਦੇ ਹੱਥ ਆ ਜਾਣੀਆਂ ਜੀ, ਆਮ ਵਿਅਕਤੀ ਨੂੰ ਸਾਹ ਲੈਣਾ, ਧੁੱਪ ਸੇਕਣੀ ਗੁਨਾਹ ਹੋ ਜਾਣਾ ਜੀ। ਕੰਡਾ ਸਾਹਿਬ ਹੋਰ ਜਾਂਦੇ ਜਾਂਦੇ ਮੈਂ ਇੱਕ ਛੋਟੀ ਜੀ ਬੋਲਣ ਵਾਲੀ ਗੱਲ ਕਰਾਂਗਾ ਜੀ।
ਮੈਂ ਨਿੰਮ ਵਰਗਾ ਖੁਸ਼ਕਾਂ ਦੋਸਤੋ ਮੈਨੂੰ ਮੱਖਣ ਲਾਉਣਾ ਨਹੀਂ ਆਉਂਦਾ ਮੈਂ ਨਿੰਮ ਵਰਗਾ ਖੁਸ਼ਕਾਂ ਦੋਸਤਾ ਮੈਨੂੰ ਮੱਖਣ ਲਾਉਣਾ ਨਹੀਂ ਆਉਂਦਾ ਦਿਲੋਂ ਸਰਕਾਰ ਕਰਦਾ ਹਾਂ ਦੋਸਤਾ ਤੇਰੇ ਚਾਪਲੂਸਾਂ ਨੂੰ ਮੈਂ ਨਹੀਂ ਪਾਉਂਦਾ ਰੱਬ ਨੂੰ ਨਹੀਂ ਮਿਲਿਆ ਮੈਂ ਕਦੇ ਦੋਸਤੀ ਨੂੰ ਹੀ ਮੈਂ ਧਿਆਉਂਦਾ ਹਾਂ ਕਾਗਜ਼ ਤੇ ਕਲਮ ਚਲਾ ਸਕਦਾ ਹਾਂ ਬਸ ਮੈਨੂੰ ਸ਼ੁਰਾ ਚਲਾਉਣਾ ਨਹੀਂ ਹੁੰਦਾ ਕੰਡਾ ਨਾ ਹੈ ਮੇਰਾ ਪਰ ਹਾਂ ਫੁੱਲ ਵਰਗਾ ਚੌਦਾ ਨਹੀਂ ਸਿੱਧਾ ਰਾਹ ਵਿਖਾਉਂਦਾ ਜੀ ਬਿਲਕੁਲ ਬਹੁਤ ਖੂਬ ਮੇਰਾ ਸੁਨੇਹਾ ਸੀ ਬਹੁਤ ਖੂਬ ਸੁਨੇਹਾ ਜੀ ਜਿਹੜਾ ਤੁਹਾਡੇ ਆਪਣੇ ਤੇ ਵੀ ਲਾਗੂ ਹੁੰਦਾ ਜ਼ਿਆਦਾਤਰ ਸੋ ਕੰਡਾ ਸਾਹਿਬ ਸੰਪਰਕ ਨੰਬਰ ਈਮੇਲ ਮੇਰਾ ਜੀ ਮੋਬਾਈਲ ਨੰਬਰ 9855 3556